صدقہ اللہم کل ولی کل حجات ابن الحسن صلوات کا آبائے فی حاج سات وفی کل سات ولیوں حافظ مقائدوں سارے صحبان اچھی آواز میں کافی حضرات تشریف فرماؤ صلوات ایسی پڑھو کہ قصیدہ جناب دے گوش گزار ہوئی رزق علی کے بیٹوں کا سردار سکندر کھاتے ہیں مولا او زبان دے بھی نہ جڑی میچا یا جوکا جو بول ذکر اچھ بولنا نصیب رزق علی کے بیٹوں کا سردار سکندر کھاتے ہیں سب عرشی فرشی نوری خاکی مست کلندر کھاتے ہیں بسم اللہ جڑے تئی دعا سے ہاتھ بلند ہو گئے سب عرشی فرشی نوری خاکی مست کلندر کھاتے ہیں کیسا شرف بخشا ہے حسین کی ماں نے غازی کو ہاتھوں والے صدیوں سے بے ہاتھ کلنگر کھاتے ہیں ایک کسی دیدہ میں نے حکم میں اوہ میں پڑھ لوں جی ہیت بھی ہے جو علی جیسے مشکل کشا ہے میرا مولا امام رضا ہے سمجھا رہی جو علی جیسے مشکل کشا ہے میرا مولا امام رضا ہے جو اے تسی بولنا تو میں ترہ مصرہ پڑھنا ہے سر چوہل علی جو علی جیسے مشکل مولا بانیان دی توفیق جو علی جیسے مشکل کشا ہے میرا مولا امام رضا ہے جو علی جیسے مشکل کشا ہے میرا مولا امام رضا
ਨਾਰਾਜ਼ ਹੋਵੇ ਸਖੀ ਹੁਸੈਨ ਵੱਡੇ ਰੰਗ ਲਾਵਣ ਵਜ਼ਾਹਤ ਦੀ ਲੋੜ ਹੀ ਨਹੀਂ ਸ਼ੇਰ ਪੜਨਾ ਚਾਹਨਾ ਇੱਕ ਐਸੇ ਜਰੀ ਕਾ ਹੈ ਯੇ ਲਾਜਲਾ ਜਿਸਕੀ ਗਰਦਨ ਸੇ ਖੰਜਰ ਹੈ ਡਰਦਾ ਰਹਾ ਜ਼ਿੰਦਗੀ ਦਾ ਰਾਜ਼ ਹੋਵੇ ਸਾਰੇ ਬੋਲੋ ਹੈਦਰੀ ਇੰਜ ਨਹੀਂ ਫਲਕ ਛਕਾ ਹੈਦਰੀ ਜੁਰਤ ਨਾਲ ਕੁਰਾਨ ਪੜੋ ਬੋਲੋ ਹੈਦਰੀ ਇੱਕ ਐਸੇ ਜਰੀ ਕਾ ਗਰਦਨ ਸੇ ਖੰਜਰ ਹੈ ਡਰਦਾ ਰਹਾ ਜਿਸਕੀ ਮੰਡੀ ਦੁਆਲਾ ਦੁਆ ਕੀ ਦੁਆ ਜੋ ਫਰਿਸ਼ਤੋਂ ਮੇਂ ਪਰਵਾਟਤਾ ਰਹਿ ਗਿਆ ਜਿਸਕਾ ਦਾਦਾ ਮਿਜ਼ਾਜੇ ਖੁਦਾ ਹੈ ਬੇਬਦਨ ਜਿਸ ਕਾ ਸਰ ਬੋਲਦਾ ਹੈ ਜੀ ਬਸ ਉਹ ਦੋ ਲੈਣਾ ਜਿਹੜੀ ਅੱਜ ਮੈਂ ਸੁਣਨੀ ਇਹ ਤੁਹਾਡਾ ਹੁਕਮ ਗੱਲ ਜਿਹੜੀ ਅੱਜ ਮੈਂ ਸੁਣਨੀ ਗਲੀ ਅੱਛਿਆਂ ਦੀ ਜਿਹੜੀ ਅੱਜ ਮੈਂ ਸੁਣਨੀ ਗਲੀ ਅੱਛਿਆਂ ਦੀ ਸੁਣ ਰੱਬ ਦੇ ਰਸੂਲ ਦਿਆ ਸਕਿਆ ਦੀਏ ਜਿਹੜੀ ਅੱਜ ਮੈਂ ਸੁਣਨੀ ਗਲੀ ਅੱਛਿਆਂ ਦੀ ਮੁਹੰਮਦ ਮੁਸਤਫਾ ਆਖਿਆ ਸਲਮਾਨ ਜੀਵਾ ਰਸੇ ਦੋ ਜਹਾਨ ਜਾਏ ਕੇ ਐਲਾਨ ਕਰ ਗਿਆ ਜਿਸ ਜਿਸ ਮੋਬਾਇਲ ਚ ਜਾਣਾ ਤਿਆਰੀ ਕਰਿਆ ਆਪਣੇ ਸਵਾਦੀ ਜਨਾਬੇ ਸਲਮਾਨ ਐਲਾਨ ਕੀਤਾ ਗਲੀ ਫੁੱਲ ਮਹੱਲਾ ਫੁੱਲ ਮਸਜਿਦ ਫੁੱਲ ਜਨਾਬੇ ਸਲਮਾਨ ਦਾ ਰਾਹ ਹੀ ਬੰਦ ਹੋ ਗਿਆ ਸਰਕਾਰ ਮੁਹੰਮਦ ਮੁਸਤਫਾ ਆਖਿਆ ਸਲਮਾਨ ਦੱਸ ਸਹੀ ਕੌਣ ਕੌਣ ਤਿਆਰ ਹੈ ਸਰਕਾਰ ਮੇਰਾ ਤਾਂ ਰਾਹ ਹੀ ਬੰਦ ਹੋ ਗਿਆ ਅੱਛਾ ਸਲਮਾਨ ਨੇ ਐਲਾਨ ਹੋਰ ਕਰ ਗਿਆ ਕਿ ਜਿਹਨੇ ਜੰਮਣ ਤੋਂ ਲੈ ਕੇ ਹੁਣ ਤਾਈਂ ਇੱਕ ਝੂਠ ਨਾ ਮਾਰਿਆ ਹੋਵੇ ਉਸ ਵਾਪਸ ਆਣਾ ਹੈ ਗਲੀ ਖਾਲੀ ਮਹੱਲਾ ਖਾਲੀ ਮਸਜਿਦ ਬੋਲੋ ਯਾਰ ਖਾਲੀ ਇੱਕ ਦੂਸਰੇ ਨੂੰ ਆਪੇ 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 ਸਿੱਧਾ ਧੀ ਦੇ ਦਰਵਾਜ਼ੇ ਤੇ ਨੀ ਨਮਾਜ਼ ਦੀ ਤਲਾਵਤ ਆਇਤ ਕੀਤੀ ਮੁਰਸ਼ਦ ਲਈ ਦਰਵਾਜ਼ਾ ਖੋਲਿਆ ਯਾ ਅਲੀ ਸੱਚੀਆਂ ਦੀ ਲੋੜ ਪੈ ਗਈ ਆਹਾ ਇਸ ਤੋਂ ਜ਼ਿਆਦਾ ਜਲਦੀ ਹੋਰ ਹੋ ਹੀ ਨਹੀਂ ਸਕਦਾ ਯਾ ਅਲੀ ਤੂੰ ਸਹੀ ਸੋ ਮੇਰੀ ਧੀ ਬਮੂਲੀ ਵੈਸੀ ਹਸਨ ਹੀ ਵੈਸੀ ਹੁਸੈਨ ਹੀ ਵੈਸੀ ਇੱਕ ਹੈ ਵੱਡੇ ਕੱਦ ਲਾ ਉਹ ਸਾਰੇ ਇਕੱਠੇ ਹੋ ਕੇ ਆਖਿਓ ਤੂੰ ਗਿਆ ਨਹੀਂ ਤੂੰ ਕਿਉਂ ਨਹੀਂ ਗਿਆ ਉਹ ਵੱਡੇ ਕੱਦ ਲਾ ਬੈਠਾ ਉਹਨੇ ਕਿਹਾ ਦੱਸ ਤੇ ਸਹੀ ਗਿਆ ਕਿਉਂ ਨਹੀਂ ਉਹ ਜਿਹੜੀ ਗੱਲ ਕੀਤੀ ਏ ਟੁਰ ਜਾਣਾ ਸੀ ਮੂੰਹ ਭਲੇ ਵਿੱਚ ਨਾਲ ਬਾਪੂ ਦਾ ਇੱਕ ਗੱਲ ਨੇ ਮੈਨੂੰ ਬਸ ਰੋਕ ਛੱਡਿਆ ਪਤਾ ਮੈਨੂੰ ਲੱਗਾ ਉੱਥੇ ਗੱਲ ਸੱਚੇ ਆ ਜੀਏ ਸਦਕੇ ਜਿਹੜੀ ਅੱਜ ਮੈਂ ਸੁਣਨੀ ਗਲੀ ਅੱਛਿਆਂ ਦੀ ਐਵੇਂ ਦੋ ਜਗਤ ਖੁਦੀ ਨੂੰ ਝੋਕੀ ਜਾਣਾ ਹੱਕ ਦੇ ਵਲੀ ਨੂੰ ਤੂੰ ਕਿਉਂ ਸੋਚ ਜਾਣਾ ਨਬੀ ਬਣਿਆ ਸਵਾਰੀ ਜਿਹਦੇ ਬੱਚੇ ਆ ਦੀਏ ਜ
जेड़ी अज मैं सुनानी गल अच्छे आज ਸਾਡੇ ਮਹਿਮਾਨ ਜਾ ਕੇ ਤੁਸੀਂ ਫਰਮਾ ਤਬਰਕਨ ਮਸਾਬ ਦੀ ਦੋ 17 ਜਿਹੜੇ ਮਕਸਦ ਵਾਸਤੇ ਆਏ ਆ ਦੋ ਤੱਕ ਤੁਲਾਦੀਆਂ ਦੋ ਮਕਤੂਲਾਂ ਦੀਆਂ ਹਾਏ ਪਾ ਜੁਮਰਣ ਦੇ ਹੋਇਆ ਅੱਖੀਆਂ ਬੰਦ ਇੱਕ ਮੁਸਲਮ ਪੁੱਤਰ ਯਕੀਨ ਦਾ ਵੋਡ ਜਾ ਜ਼ਹਰਾ ਦਾ ਬਰਾ ਭੱਲਾ ਵੇ ਜਿੰਨਾ ਹਾਈ ਕੀਤੀ ਹੈ ਭੱਲਾ ਵੇ ਭੱਲਾ ਵੇ ਭੱਲਾ ਵੇ ਹੋਏ ਇੱਕ ਮੁਸਲਮ ਪੁੱਤਰ ਯਕੀਨ ਦਾ ਵੋਡ ਜਾ ਜ਼ਹਰਾ ਦਾ ਅਗਲੀ ਗੱਲ ਸੁਣ ਸੋਈ ਬਾਤ ਹੋ ਗਿਆ ਸੀ ਨਿਆਜ਼ ਹੁਸੈਨ ਇੱਕ ਦੀਆ ਦੀਆ ਪੁੱਛਦੀਆਂ ਰਹੀਆਂ ਹੈ ਵਾ ਪੁੱਛਦੀਆਂ ਰਹੀਆਂ ਗੁਫਾ ਕਿਤਨਾ ਪੰਦੇ ਹਾਏ ਬੈ ਦੀਆਂ ਦੀਆਂ ਲਾਸ਼ ਤਿਆਂ ਥੇ ਰਸੀਆਂ ਵਿੱਚ ਭੱਲਾ ਵੇ ਭੱਲਾ ਵੇ ਭੱਲਾ ਵੇ ਜਿੰਨਾ ਹਾਈ ਕੀਤੀ ਏ ਵਕੀਲ ਬਤੂਲ ਦੇ ਬਛੜੇ ਦਾ ਜਨਾ ਟੁਰ ਕੁਫੇ ਤੋਂ ਪੀਆ ਬਉਂਦੇਰੀ ਬਾਸ ਬਣੇ ਜੀਆਂ ਦੇਵੋ ਰੁਖਸਾਰ ਚੁਮੇਦਾ ਭੱਲਾ ਵੇ ਜਿੰਨਾ ਹਾਏ ਕੀਤੀ ਆ ਹਾਏ ਕਰਕੇ ਰੋਵਣਾ ਸੁਣਨਾ ਤੇ ਸਜਾਦ ਪਿਓ ਪੁੱਤਰ ਜੈ ਜਾ ਧੀਆ ਲੈ ਗਏ ਭੇਣ ਦੇ ਖੈਮੇ ਗਿਆ ਗੱਲ ਲਾ ਕੇ ਭੇਣ ਰੁਕਈਆ ਕੋ ਵੋ ਪਿਓ ਫਜ਼ਲਦਾਰਾ